ਅੱਜ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਅੰਦਰ, ਇੱਕ ਬਹੁਤ ਵੱਡੀ ਸੁਰੱਖਿਆ ਦੀ ਚੂਕ ਆ। ਇਹ ਬਹੁਤ ਵੱਡੀ ਘਟਨਾ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਜਦੋਂ ਤੋਂ ਆਈ, ਅਰਵਿੰਦ ਕੇਜਰੀਵਾਲ ਉਹਦੇ ਹਾਲਾਤ ਵਿਗੜ ਚੁੱਕੇ ਨੇ। ਨੋ ਮੈਨ ਲੈਂਡ ਬਣ ਚੁੱਕੀ ਹੈ, ਮਾਫੀਆ ਦਾ ਰਾਜ ਆ ਉੱਥੇ, ਗੈਂਗਸਟਰਸ ਦਾ ਰਾਜ ਆ ਉੱਥੇ, ਔਰ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਰਹੀ, ਕਿਸੇ ਦਾ ਡਰ ਔਰ ਖੌਫ ਨਹੀਂ ਰਿਹਾ। ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦੀ ਦੇ ਕਗਾਰ ਚ ਲਿਆ ਕੇ ਖੜਾ ਕਰ ਦਿੱਤਾ ਹੈ, ਔਰ ਇਸ ਤਰ੍ਹਾਂ ਦੀ ਘਟਨਾ ਇਹ ਬਹੁਤ ਵੱਡੀ ਘਟਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਹਿੰਦੂ ਸਿੱਖ ਏਕਤਾ ਦਾ। ਮੈਨੂੰ ਲੱਗਦਾ ਕਿ ਅੱਜ ਇਹ ਬਹੁਤ ਵੱਡਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਅਗਰ ਜ਼ੈਡ ਪਲੱਸ ਪ੍ਰੋਟੈਕਟ ਵੀ ਪੰਜਾਬ ਚ ਸੁਰੱਖਿਅਤ ਨਹੀਂ, ਤੇ ਫਿਰ ਪੰਜਾਬ ਚ ਕੌਣ ਸੁਰੱਖਿਅਤ ਆ? ਇਹ ਬਹੁਤ ਵੱਡਾ ਸਵਾਲ ਆ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਤੇ।